ਅਸਲਾਮੁਅਲੈਕੁਮੁ ਅਰਹਮਤੁਲਲਾਹ ਵਬਰਕਾਤੁਹ ਜੀ ਅੱਜ ਅਸੀਂ ਗੱਲ ਕਰਾਂਗੇ ਮੂੰਖ ਖੁਰ ਦੀ ਬਿਮਾਰੀ ਜੀ ਬਹੁਤ ਮੂਜੀ ਬਿਮਾਰੀ ਹੈ ਜਾਨ ਲੈਵਾ ਬਿਮਾਰੀ ਹੈ ਔਰ ਜਾਨਵਰ ਅਗਰ ਸਹੀ ਹੋ ਵੀ ਜਾਏ ਔਰ ਇਹਦੀ ਕੇਅਰ ਅੱਛੀ ਨਾ ਕੀਤੀ ਹੋਵੇ ਔਰ ਸਹੀ ਹੋ ਵੀ ਜਾਵੇ ਤੇ ਜਾਨਵਰ ਆਪਣਾ ਪੀਕ ਟਾਈਮ ਤੇ ਨਹੀਂ ਆਂਦਾ ਇਸ ਲਈ ਇਹਨੂੰ ਬਿਲਕੁਲ ਈਜ਼ੀ ਨਹੀਂ ਲੈਣਾ ਚਾਹੀਦਾ ਬਿਮਾਰੀ ਨੂੰ ਔਰ ਇਹਦਾ ਮੁਕੰਮਲ ਟ੍ਰੀਟਮੈਂਟ ਕਰਨਾ ਚਾਹੀਦਾ ਸਭ ਤੋਂ ਪਹਿਲੇ ਤੇ ਸਾਨੂੰ ਚਾਹੀਦਾ ਕਿ ਅਸੀਂ ਜਾਨਵਰ ਨੂੰ ਨਾ ਟਾਈਮ ਨਾਲ ਜਿਹੜਾ ਇਹਦਾ ਟਾਈਮ ਹੈ ਉਸ ਹਿਸਾਬ ਦੇ ਨਾਲ ਇਹਨੂੰ ਵੈਕਸੀਨ ਕਰ ਲੈਣੀ ਚਾਹੀਦੀ ਹੈ ਜਾਨਵਰ ਨੂੰ ਵੈਕਸੀਨ ਬਹੁਤ ਜ਼ਰੂਰੀ ਹੈ ਵੈਕਸੀਨ ਇਸ ਬਿਮਾਰੀ ਤੋਂ ਮਹਫੂਜ਼ ਰੱਖਦੀ ਹੈ ਵੈਕਸੀਨ ਮਤਲਬ ਹਫਾਜ਼ੀ ਟੀਕੇ ਅਗਰ ਇਹ ਟਾਈਮ ਦੇ ਨਾਲ ਹਫਾਜ਼ੀ ਟੀਕੇ ਲਵਾ ਲੈ ਜਾਣ ਤੇ ਜਾਨਵਰ ਬਿਮਾਰ ਨਹੀਂ ਹੁੰਦਾ ਜਾਨਵਰ ਨੂੰ ਵੈਕਸੀਨ ਕਰਨ ਦਾ ਜਿਹੜਾ ਟਾਈਮ ਹੈਗਾ ਉਹ 15 ਅਗਸਤ ਤੋਂ ਲੈ ਕੇ ਸਤੰਬਰ ਆਖਰ ਤੱਕ ਦਾ ਤੇ ਦੂਸਰੇ 6 ਮਹੀਨਿਆਂ ਬਾਅਦ ਫਿਰ 15 ਫਰਵਰੀ ਤੋਂ ਲੈ ਕੇ ਮਾਰਚ ਆਖਰ ਤੱਕ ਦਾ ਇਹ ਲਾਜ਼ਮੀ ਸਾਨੂੰ ਵੈਕਸੀਨ ਕਰਾ ਲੈਣੀ ਚਾਹੀਦੀ ਆ ਜਿਸ ਜਾਨਵਰ ਨੂੰ ਵੈਕਸੀਨ ਹੋ ਜਾਏ ਉਹਤੇ ਬਿਮਾਰੀ ਦਾ ਹਮਲਾ ਦੇ ਚਾਂਸਸ ਜਿਹੜੇ ਨੇ ਉਹ ਬਹੁਤ ਘੱਟ ਹੋ ਜਾਂਦੇ ਆ ਨਾ ਹੋਣ ਦੇ ਬਰਾਬਰ ਹੁੰਦੇ ਆ ਅਗਰ ਫੇਰ ਵੀ ਹੋ ਜਾਏ ਤੇ ਉਹਦੇ ਵਿੱਚ ਕੁਵਤ ਤੇ ਮਦਾਫੀਅਤ ਹੁੰਦੀ ਆ ਉਹ ਜਾਨਵਰ ਨਾ ਦੀ ਬਿਮਾਰੀ ਨਾਲ ਲੜ ਲੈਂਦੇ ਆ ਇਸ ਬਿਮਾਰੀ ਦੇ ਵਿੱਚ ਹੌਂਟਾਂ ਦੇ ਥੱਲੇ ਮੂੰਹ ਦੇ ਅੰਦਰ ਜ਼ੁਬਾਨ ਤੇ ਜਿਹੜੇ ਨੇ ਛਾਲੇ ਬਣ ਜਾਂਦੇ ਆ ਜਾਨਵਰ ਸੁਸਤ ਹੋ ਜਾਂਦਾ ਵਾ ਬੁਖਾਰ ਛੋ ਜਾਂਦਾ ਵਾ ਮੂੰਹ ਚ ਰਾਲਾਂ ਚਮਕਦੀਆਂ ਵਾ ਰਾਲਾਂ ਟਪਕਦੀਆਂ ਵਾ ਤੇ ਇਹ ਬਿਮਾਰੀ ਗਾਇ ਬੈਂਸ اور ਬੱਕਰੀ ਦੇ ਵਿੱਚ ਪਾਈ ਜਾਂਦੀ ਆ ਜਾਨਵਰਾਂ ਦੇ ਖੁਰਾਂ ਦੇ ਉੱਤੇ ਜ਼ਖਮ ਹੋ ਜਾਂਦੇ ਆ ਖੁਰਾਂ ਦੇ ਵਿੱਚ ਜ਼ਖਮ ਹੋ ਜਾਂਦੇ ਥੱਲੇ ਜ਼ਖਮ ਹੋ ਜਾਂਦੇ ਆ ਅਗਰ ਤੁਹਾਡੇ ਜਾਨਵਰ ਨੂੰ ਇਨਫੈਕਟਡ ਹੋ ਗਿਆ ਸਭ ਤੋਂ ਪਹਿਲੇ ਉਹਨੂੰ ਅਲੱਗਾ ਕਰ ਲੈਣਾ ਉਹਨੂੰ ਸਾਰੇ ਦੂਸਰੇ ਜਾਨਵਰਾਂ ਤੋਂ ਅਲੱਗਾ ਕਰ ਲੈਣਾ ਅਗਰ ਉਹਦੇ ਮੂੰਹ ਦੇ ਵਿੱਚ ਛਾਲੇ ਆ ਜ਼ੁਬਾਨ ਦੇ ਉੱਤੇ ਛਾਲੇ ਆ ਜਾਂ ਤਾਲੂ ਦੇ ਵਿੱਚ ਛਾਲੇ ਆ ਤੇ ਸਾਨੂੰ ਫੌਰੀ ਤੌਰ ਤੇ ਦੋ ਤਿੰਨ ਇਕਦਮਾਤ ਕਰਨੇ ਚਾਹੀਦੇ ਆ ਪਹਿਲੇ ਮੈਂ ਤੁਹਾਨੂੰ ਇਕਦਮਾਤ ਦੇ ਬਾਰੇ ਹੀ ਦੱਸਾਂਗਾ ਫਿਰ ਇਹਦੇ ਟੀਕਿਆਂ ਦੇ ਬਾਰੇ ਹੀ ਦੱਸਾਂਗਾ ਇਕਦਮਾਤ ਉਹ ਨੇ ਜਿਹੜੇ ਅਸੀਂ ਈਜ਼ੀਲੀ ਕਰ ਸਕਦੇ ਆ ਜੇ ਦੀ ਵੇ ਤੋਂ ਜਾਨਵਰ ਜਿਹੜਾ ਇਨਫੈਕਟਡ ਹੁੰਦਾ ਉਹ ਖਾਣ ਪੀਣ ਛੱਡ ਦਿੰਦਾ ਉਹ ਖਾਣ ਲੱਪੇਗਾ ਬਿਲਕੁਲ ਖਾਏਗਾ ਔਰ ਇਨਸ਼ਾਅੱਲਾ ਖਾਏਗਾ ਔਰ ਠੀਕ ਵੀ ਹੋ ਜਾਏਗਾ ਸਾਨੂੰ ਜਾਨਵਰਾਂ ਨੂੰ ਫੌਰੀ ਤੌਰ ਤੇ ਦੂਸਰੇ ਜਾਨਵਰ ਇਨਫੈਕਟਡ ਜਾਨਵਰ ਨੂੰ ਦੂਸਰੇ ਜਾਨਵਰ ਤੋਂ ਅਲੈਦਾ ਕੱਢ ਲੈਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਆ ਉਸ ਵਾੜੇ ਚੋਂ ਕੱਢ ਕੇ ਕਿਤੇ ਅਲੈਦਾ ਬੰਨ ਲਿਆ ਜਾਵੇ ਜਾਨਵਰ ਨੂੰ ਅਲੈਦਾ ਬੰਨ ਲਿਆ ਜਾਵੇ ਇਨਫੈਕਟਡ ਜਾਨਵਰ ਜਿਹੜੇ ਸਿਹਤਮੰਦ ਆ ਉਹ ਵਿਸ਼ੇਸ਼ ਉਥੇ ਰਹਿਣ ਕਿਉਂਕਿ ਇਸ ਦੀ ਜਿਹੜੀ ਲਾਲ ਟਪਕਦੀ ਹੈ ਇਹਦੇ ਨਾਲ ਜਿਹੜਾ ਖਾਏਗਾ ਜਿਹੜਾ ਇਸ ਦੀ ਸਾਹਸ ਜਾਏਗੀ ਦੂਸਰੇ ਜਾਨਵਰ ਦੇ ਅੰਦਰ ਜਾਏਗੀ ਉਹ ਵੀ ਇਨਫੈਕਟਡ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਜਿਹੜਾ ਚਾਰਾ ਇਹ ਖਾ ਰਿਹਾ ਵਾ ਉਹ ਚਾਰਿਆਂ ਨੂੰ ਮਾਰ ਰਿਹਾ ਕਰੋ ਜਾਨਵਰ ਦੂਸਰਾ ਵੀ ਉਸ ਖੁੱਲੀ ਤੇ ਖੜਾ ਉਹ ਖਾਏਗਾ ਤਾਂ ਉਹ ਵੀ ਇਨਫੈਕਟਡ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਇਸ ਲਈ ਸਭ ਤੋਂ ਪਹਿਲੇ ਜਾਨਵਰ ਨੂੰ ਅਲੈਦਾ ਕਰ ਲੈਣਾ ਚਾਹੀਦਾ ਉਹ ਲਾੜਾ ਟਪਕਾਉਣ ਲੱਗਦਾ ਸ਼ੁਰੂ ਦੇ ਵਿੱਚ ਹਲਕਲ ਕੀ ਲਾੜ ਟਪਕਾਉਣ ਲੱਗਦਾ ਜਾਨਵਰ ਛਾਲਿਆਂ ਤੋਂ ਪਹਿਲੇ ਜਾਨਵਰ ਸੁਸਤ ਹੋ ਕੇ ਖੜਦਾ ਤੇ ਲਾੜ ਟਪਕਾਉਣ ਲੱਗਦਾ ਫਿਰ ਟੈਂਪਰੇਚਰ ਹੋ ਜਾਂਦਾ ਜਾਨਵਰ ਨੂੰ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿ ਜਿਸ ਤਰ੍ਹਾਂ ਹੀ ਤੁਸੀਂ ਦੇਖੋ ਕਿ ਜਾਨਵਰ ਮੂੰਹ ਚੋਂ ਲਾੜਾ ਟਪਕਾ ਰਿਹਾ ਔਰ ਟੈਂਪਰੇਚਰ ਕਰ ਰਿਹਾ ਤੇ ਫੌਰੀ ਤੌਰ ਤੇ ਉਹਦਾ ਟ੍ਰੀਟਮੈਂਟ ਕਰਨਾ ਚਾਹੀਦਾ ਸਭ ਤੋਂ ਪਹਿਲੇ ਤੇ ਇਹ ਦੇਖਣਾ ਚਾਹੀਦਾ ਕਿ ਇਹ ਐਫਐਮਡੀ ਆ ਅਗਰ ਹੈ ਤਾਂ ਫੌਰੀ ਤੌਰ ਤੇ ਗਲੈਸਰੀਨ ਲੈ ਲੈਣੀ ਆਪਾਂ 100 ਐਮਐਲ ਗਲੈਸਰੀਨ ਦੇ ਵਿੱਚ ਇੱਕ ਚੁਟਕੀ ਪਿੰਕੀ ਅੰਸਾਰੀ ਦੀ ਦੁਕਾਨ ਤੋਂ ਲੱਭ ਜਾਂਦੀ ਹੈ ਪਿੰਕੀ ਨੂੰ ਕੋ ਉਹ ਦੇ ਦੇਗਾ ਉਹ ਬਿਲਕੁਲ ਬਰੀਕ ਜਾਂ ਪਰਪਲ ਕਲਰ ਦਾ ਦਾਣੇਦਾਰ ਚੀਜ਼ ਹੁੰਦੀ ਆ ਉਹਨੂੰ ਲਿਆ ਕੇ 100 ml ਇੱਕ ਚੁਟਕੀ ਸਿਰਫ 100 ml ਗਲਾਸ ਰੀਨ ਦੇ ਵਿੱਚ ਮਿਕਸ ਕਰਕੇ ਜਾਨਵਰਾਂ ਦੇ ਮੂੰਹ ਦੇ ਵਿੱਚ ਤਾਲੂ ਤੇ ਜ਼ਬਾਨ ਤੇ ਹੋਂਟਾਂ ਦੇ ਵਿੱਚ ਨਾ ਅਸੀਂ ਅੱਛੀ ਤਰ੍ਹਾਂ ਨੂੰ ਲਾਵਾਂਗੇ ਇਹਦੇ ਲਾਉਣ ਦੇ ਨਾਲ ਜਾਨਵਰ ਦੇ ਅੰਦਰ ਜਿਹੜਾ ਮਸਲਾ ਨਾ ਮੂੰਹ ਦਾ ਉਹ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਅਗਰ ਤੁਸੀਂ ਦੇਖੋ ਕਿ ਇਹਦੇ ਖੁਰਦੇ ਤੇ ਮਸਲਾ ਆ ਰਿਹਾ ਵਾ ਖੁਰਵੀ ਨਾਲ ਪੱਕ ਰਿਹਾ ਹੈ ਸੈਂਟਰ ਦੇ ਵਿੱਚੋਂ ਤੇ ਲੰਗੜਾ ਵੀ ਸ਼ੁਰੂ ਕਰ ਲਿਆ ਜਾਨਵਰ ਨੇ ਤੇ ਇਹਦੇ ਆਸਤੇ ਵੀ ਸਾਨੂੰ ਕੁਝ ਇਕਦਮਾਤ ਕਰਨੇ ਚਾਹੀਦੇ ਆ ਉਹ ਇਕਦਮਾਤ ਕਰਨੇ ਲਾਜ਼ਮੀ ਹੈ ਉਹ ਅਗਰ ਤੁਸੀਂ ਇਕਦਮਾਤ ਕਰੋਗੇ ਤੇ ਜਾਨਵਰ ਕਾਫੀ ਹੱਦ ਤੱਕ ਰਾਹਤ ਮਹਿਸੂਸ ਕਰੇਗਾ ਜਾਨਵਰ ਨੂੰ ਬਾਅਦ ਦੇ ਵਿੱਚੋਂ ਪ੍ਰੋਬਲਮ ਇਹ ਨਹੀਂ ਹੋਏਗਾ ਕਿ ਖੁਰ ਦੇ ਥੱਲੋਂ ਉਹਦੇ ਜਿਹੜੀ ਖੋਲ ਹੁੰਦਾ ਉਹ ਉਤਰ ਗਿਆ ਜਾਂ ਖੁਰ ਪੱਕ ਗਿਆ ਜਾਂ ਖੁਰ ਦੇ ਵਿੱਚ ਕੀੜੇ ਪੈ ਗਏ ਇਹਨਾਂ ਚੀਜ਼ਾਂ ਤੋਂ ਕਾਫੀ ਹੱਦ ਤੱਕ ਬਚੇ ਰਹੋਗੇ ਅਗਰ ਤੁਸੀਂ ਇੱਕਦਮ ਆਰਲੀ ਸਟੇਜ ਤੇ ਕਰ ਲੋਗੇ ਅਗਰ ਆਰਲੀ ਸਟੇਜ ਤੇ ਨਹੀਂ ਤੁਸੀਂ ਇਹ ਦੇਖਤਮਾਤ ਕਰੋਗੇ ਤੇ ਇਹ ਪ੍ਰੋਬਲਮ ਕ੍ਰੀਏਟ ਕਰੇਗਾ ਤੁਹਾਡੇ ਆਸਤੇ ਤੁਸੀਂ ਕਰਨਾ ਇਹ ਹੈ ਕਿ ਤੁਸੀਂ ਦੇਖੋਗੇ ਕਿ ਖੋਰ ਦੇ ਵਿੱਚ ਜ਼ਖਮ ਹੋ ਗਏ ਆ ਤੇ ਫੌਰੀ ਤੌਰ ਤੇ ਉਥੇ ਤੁਸੀਂ ਪਿੰਕ ਸਪਰੇ ਆਉਂਦੀ ਹੈ ਇੱਕ ਉਹ ਸਪਰੇ ਕਰੋਗੇ ਅਗਰ ਤੁਸੀਂ ਦੇਖੋ ਕਿ ਮੱਖੀਆਂ ਬਹੁਤ ਜ਼ਿਆਦਾ ਬੈਠ ਰਹੀਆਂ ਉਹਦੇ ਉੱਤੇ ਤੇ ਤੁਸੀਂ ਛੋੜਾ ਜਾਂ ਸੈਗਾ ਵਾਂਗ ਤੇਲ ਦੇ ਵਿੱਚ ਮਿਕਸ ਕਰਕੇ ਕਿਸੇ ਵੀ ਤੇਲ ਵਿੱਚ ਮਿਕਸ ਕਰਕੇ ਜਾਂ ਕਾਲੇ ਮੋਬਾਈਲ ਜਿਹੜਾ ਯੂਜ਼ ਮੋਬਾਈਲ ਹੁੰਦਾ ਉਹਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਸੈਗਾਵਾਨ ਪਾਊਡਰ ਜਿਹੜਾ ਨਾ ਉੱਥੇ ਲਾ ਦਿਓਗੇ ਤਾਂ ਕਿ ਉਹ ਮੱਖੀਆਂ ਦੇ ਬਹਿਣ ਨਾ ਮੱਖੀਆਂ ਨਹੀਂ ਉੱਥੇ ਬਹਿਣੀਆਂ ਜਾਂ ਫਰਨੈਲ ਦੀ ਗੋਲੀ ਤੇਲ ਵਿੱਚ ਮਿਕਸ ਕਰਕੇ ਉੱਥੇ ਲਾ ਦਿਓਗੇ ਉਹਦੀ 스ਮੈਲ ਨਾਲ ਵੀ ਬੱਕਰੀਆਂ ਜਿਹੜੀਆਂ ਮੱਖੀਆਂ ਨਾ ਉਨਹੀਂ ਬਹਿਣੀਆਂ ਘੁਰਾਂ ਤੇ ਫਿਰ ਵੀ ਦੇਖੋ ਕਿ ਅਗਰ ਅਲੀ ਸਟੇਜ ਤੇ ਆ ਬਿਲਕੁਲ ਥੋੜਾ ਜਿਹਾ ਨਿਸ਼ਾਨ ਮਹਿਸੂਸ ਹੋ ਰਿਹਾ ਬਾਕੀ ਹਲੇ ਖੋਰ ਠੀਕ ਹੈ ਤੇ ਤੁਹਾਨੂੰ ਫੌਰੀ ਤੌਰ ਤੇ ਕਰਨਾ ਚਾਹੀਦਾ ਕਿ ਆਪਣੇ ਇੱਕ ਦਰਖਤਾ ਉਹ ਦੇ ਹਾਤਾਂ ਦੇ ਵਿੱਚ ਮਿਲ ਜਾਏਗਾ ਥੋੜੀ ਜ਼ਮੀਨਾਂ ਦੇ ਡੇਰੇ ਤੇ ਵੀ ਲੱਗੇ ਕਈਆਂ ਦੇ ਕੋਲ ਹੋਣਗੇ ਨਹਿਰ ਕਨਾਰੇ ਵੀ ਲੱਗੇ ਹੁੰਦੇ ਆ ਉਹ ਜਿਹੜੇ ਦਰਫਤ ਹੈ ਉਹਨੂੰ ਕਿਕਰ ਕਹਿੰਦੇ ਆ ਆਪਾਂ ਉਹ ਜਿਹੜਾ ਹੈ ਨਾ ਜੀ ਇਨਫੈਕਟਡ ਜਾਨਵਰ ਜੋ ਦੇਖੋ ਕਿ अर्ਲੀ ਸਟੇਜ ਤੇ ਆ ਖੁਰਾਂ ਦੇ ਵਿੱਚ ਮਸਲਾ ਆ ਰਿਹਾ ਵਾ ਇਸ ਤੋਂ ਪਹਿਲੇ ਕਿ ਖੋਰ ਗਲ ਜਾਣ ਪੱਕ ਜਾਣ ਜਾਂ ਮੱਖੀ ਦੇ ਬਾਰ ਬਾਰ ਉਸ ਜ਼ਖਮ ਤੇ ਬੈਠਣ ਦੇ ਨਾਲ ਕੀੜੇ ਪੈ ਜਾਣ ਔਰ ਫਿਰ ਬਾਅਦ 14 ਟ੍ਰੀਟਮੈਂਟ ਸਾਡੇ ਆਸਤੇ ਬਹੁਤ ਮੁਸ਼ਕਿਲ ਹੋ ਜਾਏਗਾ ਕਰਨਾ ਸਾਨੂੰ ਉੱਥੇ ਹੀ ਇਹਨੂੰ ਕਵਰ ਕਰਨਾ ਚਾਹੀਦਾ ਉੱਥੇ ਹੀ ਟ੍ਰੀਟਮੈਂਟ ਕਰਨੀ ਚਾਹੀਦੀ ਆ ਤਾਂ ਕਿ ਜਲਦ ਤੋਂ ਜਲਦ ਉਹਨੂੰ ਰਿਕਵਰ ਕਰ ਲਿਆ ਜਾਵੇ ਅਗਰ ਜਲਦ ਤੋਂ ਜਲਦ ਰਿਕਵਰ ਕਰ ਲੋਗੇ ਤੇ ਜਾਨਵਰ ਆਪਣਾ ਚੱਲਣ ਫੇਰਨ ਵੀ ਠੀਕ ਕਰ ਲਏਗਾ ਮੂੰਹ ਦੇ ਵਿੱਚ ਗਲੈਸਰੀਨ ਤੇ ਪਿੰਕੀ ਲਾ ਲੋਗੇ ਤੇ ਖਾਣ ਪੀਣ ਵੀ ਜਲਦੀ ਲੱਗ ਪਏਗਾ ਇੱਕ ਕਿਕਰ ਦਾ ਦਰਖਤ ਹੈ ਜੀ ਤੁਹਾਡੇ ਸਾਹਮਣੇ ਤਸਵੀਰ ਹੈ ਕਿਕਰ ਦੇ ਦਰਖਤ ਦੀ ਬ੍ਰੀਕ ਛਲ ਯਾਨੀ ਕਿ ਜਿਹੜੀਆਂ ਬਰੀਕ ਟਹਿਣੀਆਂ ਉਹਦੀ ਛਾਲ ਲਾ ਲੈਣੀਆਂ ਉਹਦਾ ਉੱਤੇ ਵਾਲਾ ਜਿਹੜਾ ਹੌਲ ਜਾਂ ਹੁੰਦਾ ਉਹ ਲਾ ਲੈਣਾ ਵਾ ਉਹ ਤਕਰੀਬਨ ਤੁਹਾਡਾ ਇੱਕ ਮੋਟ ਖੌਲ ਹੋਵੇ ਤੇ ਉਹਨੂੰ ਨਾ 5 ਲੀਟਰ ਪਾਣੀ ਦੇ ਵਿੱਚ ਛੋਟੇ ਛੋਟੇ ਟੋਟੇ ਕਰਕੇ ਸਿੱਟ ਕੇ ਉਬਾਲ ਲੈਣਾ ਚਾਹੀਦਾ ਦੋ ਦੋ ਤਿੰਨ ਉਬਾਲੇ ਆ ਜਾਣ ਉਹਨੂੰ ਠੰਡਾ ਹੋਣ ਰੱਖ ਦੇਣਾ ਚਾਹੀਦਾ ਜਦੋਂ ਨੀਮ ਗਰਮ ਹੋਵੇ ਤੁਹਾਡੀ ਉਂਗਲੀ ਸਹਿਣ ਲੱਪੇ ਤੇ ਜਾਨਵਰ ਦੇ ਪੈਰ ਉਸ ਡਬੋਣੇ ਚਾਹੀਦੇ ਉਹ ਠੀਕ ਰਹਿਣਗੇ ਉਸ ਤੋਂ ਬਾਅਦ ਇਨਫੈਕਟਡ ਜਾਨਵਰ ਨੂੰ ਤੁਸੀਂ 5 ਗ੍ਰਾਮ ਯਾਨੀ ਕਿ ਪੈਨ ਬਾਇਓਟਿਕ ਦੇ ਟੀਕੇ ਇਹ 5 ਗ੍ਰਾਮ ਟੀਕਾ ਤੁਸੀਂ ਉਹਨੂੰ ਜਾਨਵਰ ਨੂੰ ਲਾਓਗੇ ਅਗਰ ਬੁਖਾਰ ਮਹਿਸੂਸ ਕਰ ਰਹੇ ਹੋ ਨਾਲ ਤੇ ਤੁਸੀਂ ਇਸ 5 ਗ੍ਰਾਮ ਦੇ ਨਾਲ ਇੰਜੈਕਸ਼ਨ ਜਿਹੜਾ ਮਿਕਸ ਕਰਕੇ ਉਹ ਡੈਕਲੋਰਨ ਜਾਂ ਡੈਕਲੋਸਟਾਰ ਵਗੈਰਾ ਉਹ ਫਿਰ ਇਹਦੇ ਨਾਲ ਮਿਕਸ ਹੋਣ ਦੇ ਨਾਲ ਬੁਖਾਰ ਨੂੰ ਵੀ ਕਵਰ ਕਰੇਗਾ ਜਿਹੜੀ ਇਹਦੇ ਅੰਦਰ ਤਕਲੀਫ ਹੈ ਦਰਦ ਹੈ ਚਾਹੇ ਉਹ ਪੈਰਾਂ ਦੇ ਵਿੱਚ ਆ ਮੂੰਹ ਦੇ ਵਿੱਚ ਉਹਦੇ ਵਾਸਤੇ ਵੀ ਉਹ ਫਾਇਦਾਮੰਦ ਆ ਇਸ ਲਈ 10 ਸੀਸੀ ਡੈਕਲੋਰਨ ਇੱਕ 5 ਗ੍ਰਾਮ ਟੀਕੇ ਦੇ ਵਿੱਚ ਮਿਕਸ ਕਰਕੇ ਇਹਨੂੰ ਲਾਓਗੇ ਇਹ لازਮੀ ਲਾਓਗੇ ਜੀ ਤੁਸੀਂ ਔਰ ਇਥੇ ਇੱਕ ਸੀਰਮ ਵੀ ਆਂਦਾ ਹੁੰਦਾ ਮੂੰਖ ਹੋਰ ਦਾ ਇੱਕ ਸੀਰਮ ਵੀ ਆਂਦਾ ਤੁਸੀਂ ਉਹ ਸੀਰਮ ਵੀ ਲਾ ਸਕਦੇ ਹੋ ਵੈਕਸੀਨ ਜ਼ਰੂਰੀ ਆ ਉਹ ਪਹਿਲੇ ਕਰਾ ਲਓਗੇ ਤੇ ਇਹਨਾਂ ਚੀਜ਼ਾਂ ਤੋਂ ਬਚ ਜਾਓਗੇ ਫਿਰ ਵੀ ਅਗਰ ਇਨਫੈਕਟਡ ਹੋ ਜਾਂਦਾ ਡੈਕਲੋਰਨ ਪਾਣੀ ਦੇ ਗ੍ਰਾਮ ਟੀਕੇ ਦੇ ਵਿੱਚ ਮਿਕਸ ਕਰਕੇ ਲਾਓਗੇ ਸੀਰਮ ਵੀ ਲੱਗ ਜਾਂਦਾ ਵਾ ਨਾਲ ਤੁਸੀਂ ਤਾਕਤ ਆਸਤੇ ਇਹਨੂੰ ਐਮੀਵਾਈਕਾਮ ਲਾਓਗੇ ਬਾਅਵਜ਼ਨ 50 kg 40 ਤੋਂ 50 kg ਵਜ਼ਨ ਦੇ ਹਿਸਾਬ ਦੇ ਨਾਲ ਤਕਰੀਬਨ 1 ਤੋਂ 2 ml ਹੈ 50 kg ਤੇ ਇੱਕ ਜਿਨੋਂ ਕੇ ਤਾਂ 2 ml ਨਹੀਂ ਤੇ 1 ml 40 kg ਇੱਕ ਮਣ ਦੇ ਦੇ ਵਜ਼ਨ ਦੇ ਹਿਸਾਬ ਨਾਲ 1 ml ਲਾਓਗੇ ਤੇ ਇਹਨੂੰ ਡਾਲ ਡਾ ਕੇ ਤਕਰੀਬਨ 1.5 ਪਾਈਆ ਲੈ ਕੇ 1.5 ਪਾਈਆ ਡਾਲ ਡਾ ਕੇ ਲੈ ਕੇ ਉਸ ਤੇ ਨੂੰ ਹਲਕਾ ਜਾਂ ਗਰਮ ਕਰ ਲੈਣਾ ਯਾਨੀ ਕਿ ਪਿਘਲਾ ਲੈਣਾ ਅਗਰ ਠੰਡਾ ਤਾਂ ਉਹਦੇ ਵਿੱਚ ਤੁਸੀਂ 2 ਚਮਚੀਆਂ ਹਲਦੀ ਦੀਆਂ ਪਾਓਗੇ। ਉਹਨੂੰ ਅੱਛੀ ਤਰ੍ਹਾਂ ਮਿਕਸ ਕਰੋਗੇ। ਮਿਕਸ ਕਰਨ ਤੋਂ ਬਾਅਦ ਤੁਸੀਂ ਉਹ ਜਾਂਦਾ ਦੇ ਦਿਓਗੇ। ਉਹ لازਮੀ ਦਿਓਗੇ ਅੰਦਰ ਨਰਮ ਰਹੇ। ਅਗਰ ਤੁਸੀਂ ਉਹਨੂੰ ਵੰਡਾ ਦੇਣਾ ਚਾਹੁੰਦੇ ਹੋ ਤੇ ਵੰਡਾ ਤੁਸੀਂ ਉਹਨੂੰ ਪਿਘੋ ਕੇ 12 ਘੰਟੇ ਦਾ ਪਿੰਟਾ ਹੋਇਆ ਨਰਮ ਵੰਡਾ ਹੋਵੇ ਉਹ ਵੰਡਾ ਦੇਣਾ ਚਾਹੀਦਾ ਨਰਮ ਕਰਕੇ ਵੰਡਾ ਦੇਣਾ ਚਾਹੀਦਾ ਸਾਬਤ ਵੰਡਾ ਖੁਸ਼ਕ ਵੰਡਾ ਨਹੀਂ ਦੇਣਾ ਚਾਹੀਦਾ ਜਾਨਵਰ ਨੂੰ ਅੰਦਰ ਬਨ ਪੈ ਜਾਂਦਾ ਇਸ ਬਿਮਾਰੀ ਦੇ ਨਾਲ ਤੇ ਲਾਜ਼ਮੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਨੂੰ ਥਿੰਦਾ ਜਾਂ ਮੀਂਹ ਤੇ ਹਲਦੀ ਇਹ ਲਾਜ਼ਮੀ ਦੇਣੀ ਆ ਤੇ ਨਾਲ ਇਹ ਵੰਡਾ ਜਿਹੜਾ ਹੈਗਾ ਇਹ ਭੀਂ ਕੇ ਦੇਣਾ ਵਾ ਕਤਨ ਸੁੱਕਾ ਵੰਡਾ ਨਹੀਂ ਦੇਣਾ ਜਾਨਵਰ ਨੂੰ ਸਬਜ਼ ਚਾਰਾ ਸਬਜ਼ ਚਾਰਾ ਤਾਜ਼ਾ ਸਬਜ਼ ਚਾਰਾ ਔਰ ਨਰਮ ਸਬਜ਼ ਚਾਰਾ ਜਿਹੜਾ ਉਹ ਖਾਣ ਨੂੰ ਦੇਣਾ ਚਾਹੀਦਾ ਨਾਲ ਕੋਸ਼ਿਸ਼ ਕਰਨੀ ਚਾਹੀਦੀ ਆ ਬਾਸੀ ਪਿਆ ਚਾਰਾ ਜਾਂ ਖੁਸ਼ਕ ਚਾਰਾ ਨਹੀਂ ਦੇਣਾ ਇਹਨੂੰ ਤੂੜੀ ਵਗੈਰਾ ਨਹੀਂ ਦੇਣੀ ਇਹਨੂੰ ਸਬਜ਼ ਚਾਰਾ ਦੇਣਾ ਤਾਜ਼ਾ ਯਾਨੀ ਕਿ ਖੇਤ ਤੋਂ ਲਿਆਂਦਾ ਹੋਵੇ ਜਾਂ ਤੁਸੀਂ ਫਰੀਦਿਆਵਾ ਪੁੱਤਰਿਆ ਕੋਤਰਕੇ ਇਸ ਜਾਨਵਰ ਨੂੰ ਤਾਜ਼ਾ ਸਿਰਫ ਸਬਜ਼ ਚਾਰਾ ਪਾਣਾ ਚਾਹੀਦਾ ਖੁਸ਼ਕ ਨਹੀਂ ਪਾਣਾ ਚਾਹੀਦਾ ਕਿਉਂਕਿ ਮੇਦਾ ਪਹਿਲੇ ਡਿਸਟਰਬ ਹੁੰਦਾ ਇਹ ਮੇਦੇ ਤੇ ਵੀ ਆਉਂਦੀ ਆ ਮੇਦੇ ਦੇ ਅੰਦਰ ਵੀ ਪ੍ਰੋਬਲਮ ਹੁੰਦਾ ਹਾਂ ਜਾਨਵਰ ਨੂੰ ਅਗਰ ਤੁਸੀਂ ਚਰਾਈ ਤੇ ਲੈ ਕੇ ਜਾਂਦੇ ਹੋ ਤੋ ਉਹਨੂੰ ਕਤਨ ਵੀ ਬਾਹਰ ਨਹੀਂ ਲੈ ਕੇ ਜਾਣਾ ਇਨਫੈਕਟਡ ਜਾਨਵਰ ਦੀ ਚਰਾਈ ਤੇ ਨਹੀਂ ਲੈ ਕੇ ਜਾਣਾ ਉਹਦੇ ਖੁਰਾਂ ਨੂੰ ਜ਼ਿਆਦਾ ਮਸਲਾ ਆ ਜਾਏਗਾ ਖੁਰ ਜ਼ਿਆਦਾ ਖਰਾਬ ਹੋ ਜਾਣਗੇ ਔਰ ਉਹ ਫਿਰ ਜ਼ਿਆਦਾ ਪੇਨ ਕਰੇਗਾ ਜਾਨਵਰ ਬੈਠ ਨਾ ਜਾਏ ਇਸ ਲਈ ਉਹਨ ਕਤਨ ਵੀ ਚਰਾਈ ਦੇ ਜਾਨਵਰ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਜਾਨਵਰ ਨੂੰ ਘਰ ਹੀ ਰੱਖਣਾ ਚਾਹੀਦਾ ਔਰ ਉਹਦਾ ਬੁਖਾਰ ਥੋੜੇ ਥੋੜੇ ਟਾਈਮ ਬਾਅਦ ਚੈੱਕ ਕਰਦੇ ਰਹਿਣਾ ਚਾਹੀਦਾ ਉਸ ਹਿਸਾਬ ਨਾਲ ਉਹਨੂੰ ਇੰਜੈਕਸ਼ਨ ਲਾਣੇ ਚਾਹੀਦੇ ਹੈ ਇੰਜੈਕਸ਼ਨ ਫਿਰ ਦੱਸ ਰਿਹਾ ਵਾਂ ਡੈਕਲੋਰਨ 10 ਸੀਸੀ 5 ਗ੍ਰਾਮ 'ਚ ਮਿਕਸ ਕਰਕੇ ਲਾਣਾ ਹੋਣਾ ਹਲਦੀ ਤੇ ਘੀ ਦੇਣਾ ਵਾਂ ਤੇ ਮੂੰਹ ਦੇ ਵਿੱਚ ਗਲੈਸਰੀਨ ਤੇ ਪਿੰਕੀ ਥੋੜੀ ਜੀ ਪਾ ਕੇ ਗਲੈਸਰੀਨ ਦੇ ਵਿੱਚ ਮਿਕਸ ਕਰਕੇ ਉਹ ਮੂੰਹ ਚ ਲਾਉਣਾ ਚਾਹੀਦਾ ਕਿਕਰ ਦੇ ਛਲ ਦਾ ਪਾਣੀ ਤੁਸੀਂ نیم ਗਰਮ ਜਿਹੜਾ ਹੈਗਾ ਬਣਾਇਆ ਹੋਇਆ ਉਹਦੇ ਵਿੱਚ ਪੈਡ ਡਬੋਵੋਗੇ ਜਾਂ ਨਹੀਂ ਪੈਡ ਡਬੋ ਸਕਦੇ ਗਿੱਲਾ ਕਪੜਾ ਭੇਂਕੇ ਉਸ ਉਦੇ ਉੱਤੇ ਪਾਣੀ ਤੇ ਪਾਉਗੇ ਜਾਂ ਪਿੰਕ ਸਪਰੇ ਕਰੋਗੇ ਔਰ ਅਗਰ ਤੁਸੀਂ ਜ਼ਿਆਦਾ ਅੱਛਾ ਇਲਾਜ ਕਰਨਾ ਚਾਹਦੇ ਹੋ ਔਰ ਫੌਰੀ ਕਰਨਾ ਚਾਹਦੇ ਹੋ ਤੇ ਫਿਰ ਸੀਫਰ ਇਕਟੀਕਾਂ ਦਾ ਨਵਾਨ ਕੰਪਨੀ ਦਾ ਸੀਫਰ ਉਹ ਟੀਕਾ ਤੁਸੀਂ ਇਹਨੂੰ ਲਾ ਸਕਦੇ ਹੋ ਉਹ ਟਿਕਾ ਵੀ ਤੁਹਾਡਾ ਜਿਹੜਾ ਹੈਗਾ ਉਹ ਯਾਨੀ ਕਿ ਉਤੇ ਜਿਹੜੀ ਹਦਾਇਤ ਦਿੱਤੀ ਉਹਦੇ ਮੁਤਾਬਿਕ ਲਾਣਾ ਚਾਹੀਦਾ ਅੱਲਾਹ ਤਾਲਾ ਤੁਹਾਡਾ ਹਮੇ ਨਾਸੀਰ ਹੋਵੇ ਜੀ ਅੱਲਾਹ ਤਾਲਾ ਤੁਹਾਡੇ ਹਲਾਲ ਮਾਲ ਰਿਜ਼ਕ ਜਜ਼ਾਫਾ ਕਰੇ ਅੱਲਾਹ ਤਾਲਾ ਤੁਹਾਨੂੰ ਤੁਹਾਡੇ ਮਾਲ ਨੂੰ ਆਪਣੀ ਹਿਫਜ਼ੁਮਾਨੇ ਚ ਰੱਖੇ ਦੁਆਵਾਂ ਵਿੱਚ ਯਾਦ ਰੱਖਿਓ ਜੀ ਅੱਲਾਹ ਹਾਫਿਜ਼